आप जीदा इस संखेप पेशकारी विच स्वागत है। मैं हां तुहाडा मेजबान अते दुबाशिए संपादक शर्मा। इथे असी रानी दी कोशना अक्वीनस प्रोक्लेमेशन 1858 मुख तारावां दा निरीखण करन दी कोशिश करांगे। इस लेक्चर विच महारानी दी कोशना दे 13 बिंदुआं दा निरीखण कीता गया है। आओ हुण उहनां दी जांच करिए। अक्वीनस प्रोक्लेमेशन 1858 ब्रिटेन दी महारानी दी कोशना 1858 भारत सरकार एक्ट 1858 गवर्नमेंट ऑफ इंडिया एक्ट अगस्त 1858 विच पास होया। महारानी दी कोशना द्वारा भारत ते राज नूं अपने कब्जे विच लै लिया सी। एक कोशना महारानी द्वारा 1858 दे कानून दी एक तारा नूं पूरा करन लई जारी कीती गई सी। ए ऐलान 1 नवंबर 1858 नूं इलाहाबाद दे दरबार विच कीता गया सी। उस दिन तो भारत ते ब्रिटिश महारानी दा राज शुरू होया। महारानी दे ऐलान नामे दे शब्द महारानी विक्टोरिया दी निगरानी हेठ लिखे गए सन। ਇਹ ਕੋਸ਼ਨਾ ਲਾਰਡ ਕੈਨਿੰਗ ਨੇ ਇਲਾਹਾਬਾਦ ਦਰਬਾਰ ਵਿੱਚ ਇਕੱਠੇ ਹੋਏ ਭਾਰਤੀ ਰਾਜਾਂ ਅਤੇ ਲੋਕਾਂ ਨੂੰ ਪੜ੍ਹ ਕੇ ਸੁਣਾਈ। ਮਹਾਰਾਣੀ ਦੇ ਐਲਾਨ ਦੇ ਮੁੱਖ ਨੁਕਤੇ ਇੱਕ ਇੱਕ ਕਰਕੇ ਦੱਸੇ ਜਾ ਰਹੇ ਹਨ। ਇੱਕ ਬ੍ਰਿਟਿਸ਼ ਮਹਾਰਾਣੀ ਨੇ ਸੰਕਲਪ ਲਿਆ ਕਿ ਉਹ ਭਾਰਤ ਦੀ ਧਰਤੀ ਦਾ ਪ੍ਰਸ਼ਾਸਨ ਸੰਭਾਲੇਗੀ, ਜੋ ਉਸ ਸਮੇਂ ਤੱਕ ਉਹ ਈਸਟ ਇੰਡੀਆ ਕੰਪਨੀ ਚਾਰਟਰ ਦੇ ਕਾਨੂੰਨ ਦੇ ਤਹਿਤ ਉਸ ਲਈ ਸ਼ਾਸਨ ਕਰ ਰਹੀ ਸੀ। 2 ਮਹਾਰਾਣੀ ਨੇ ਭਾਰਤ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਭਾਰਤੀ ਲੋਕ ਉਹਨਾਂ ਦੇ ਸ਼ਾਸਨ ਪ੍ਰਤੀ ਵਫ਼ਾਦਾਰ ਰਹਿਣਗੇ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਪ੍ਰਤੀ ਆਪਣਾ ਸਤਿਕਾਰ ਕਾਇਮ ਰੱਖਣਗੇ। 3 ਬ੍ਰਿਟਿਸ਼ ਮਹਾਰਾਣੀ ਨੇ ਵਿਸਕਾਊਂਟ ਕੈਨਿੰਗ ਨੂੰ ਭਾਰਤ ਦੇ ਖੇਤਰ ਦਾ ਆਪਣਾ ਪਹਿਲਾ ਵਾਇਸਰਾਏ ਨਿਯੁਕਤ ਕੀਤਾ, ਜੋ ਉਸ ਲਈ ਭਾਰਤ ਦੇ ਗਵਰਨਰ ਜਨਰਲ ਦੇ ਖਿਤਾਬ ਤੇ ਰਾਜ ਕਰੇਗਾ। 4 ਮਹਾਰਾਣੀ ਨੇ ਈਸਟ ਇੰਡੀਆ ਕੰਪਨੀ ਸ਼ਾਸਨ ਦੇ ਸਾਰੇ ਅਧਿਕਾਰੀਆਂ, ਫੌਜ ਅਤੇ ਹੋਰ ਮੁਲਾਜ਼ਮਾਂ ਨੂੰ ਬ੍ਰਿਟਿਸ਼ ਸ਼ਾਸਨ ਦੇ ਪ੍ਰਸ਼ਾਸਨ ਵਿੱਚ ਪੱਕੀ ਨੌਕਰੀ ਤੇ ਸ਼ਾਮਲ ਕਰਨ ਦਾ ਹੁਕਮ ਕਰ ਦਿੱਤਾ। 5 ਇੰਗਲੈਂਡ ਦੀ ਮਹਾਰਾਣੀ ਨੇ ਭਾਰਤੀ ਰਾਜਾਂ ਅਤੇ ਈਸਟ ਇੰਡੀਆ ਕੰਪਨੀ ਦਰਮਿਆਨ ਕੀਤੀਆਂ ਸਾਰੀਆਂ ਸੰਧੀਆਂ ਅਤੇ ਪ੍ਰਬੰਧਾਂ ਨੂੰ ਸਵੀਕਾਰ ਕਰ ਲਿਆ ਅਤੇ ਉਹਨਾਂ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। 6 ਇੰਗਲੈਂਡ ਦੀ ਮਹਾਰਾਣੀ ਨੇ ਐਲਾਨ ਕੀਤਾ ਕਿ ਉਹ ਭਾਰਤ ਵਿੱਚ ਖੇਤਰ ਦੇ ਵਿਸਥਾਰ ਦੀ ਨੀਤੀ ਨੂੰ ਅੱਗੇ ਨਹੀਂ ਵਧਾਏਗੀ। ਇਸ ਦੇ ਨਾਲ ਹੀ ਬਰਤਾਨਵੀ ਭਾਰਤ ਸਰਕਾਰ ਆਪਣੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰੱਖਿਆ ਕਰੇਗਾ ਅਤੇ ਦੂਜਿਆਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦੇਵੇਗੀ। 7 ਇੰਗਲੈਂਡ ਦੀ ਮਹਾਰਾਣੀ ਨੇ ਐਲਾਨ ਕੀਤਾ ਕਿ ਉਹ ਕਦੇ ਵੀ ਭਾਰਤੀਆਂ ਤੇ ਆਪਣੇ ਧਾਰਮਿਕ ਵਿਸ਼ਵਾਸ ਨੂੰ ਕਿਸੇ ਵੀ ਤਰੀਕੇ ਨਾਲ ਨਹੀਂ ਥੋਪੇਗੀ। ਇਸ ਦੇ ਨਾਲ ਹੀ ਇਹ ਭਾਰਤੀ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ 'ਚ ਬਰਤਾਨਵੀ ਭਾਰਤੀ ਸਰਕਾਰ ਦਖਲ ਨਹੀਂ ਦੇਵੇਗੀ। 8 ਇੰਗਲੈਂਡ ਦੀ ਮਹਾਰਾਣੀ ਨੇ ਐਲਾਨ ਕੀਤਾ ਕਿ ਉਹ ਭਾਰਤੀ ਰਾਜਾਂ ਦੇ ਸਾਂਝੇ ਮਾਣ ਅਤੇ ਅਧਿਕਾਰਾਂ ਦਾ ਪੂਰਾ ਸਤਿਕਾਰ ਕਰੇਗੀ ਅਤੇ ਉਹਨਾਂ ਦੇ ਨਾਲ ਰਿਸ਼ਤਾ ਨਿਭਾਉਗੀ। 9 ਭਾਰਤੀ ਲੋਕਾਂ ਦੇ ਹਰ ਵਿਅਕਤੀ ਨੂੰ ਸਨਮਾਨਜਨਕ ਅਤੇ ਸੰਪੂਰਨ ਨਿਆਂ ਮਿਲੇਗਾ। 10 ਹਰੇਕ ਭਾਰਤੀ ਵਿਅਕਤੀ ਨੂੰ ਨਸਲ, ਖੇਤਰ ਅਤੇ ਆਸਥਾ ਦੇ ਭੇਦਭਾਵ ਤੋਂ ਬਿਨਾਂ ਸਿਵਲ ਸੇਵਾਵਾਂ ਵਿੱਚ ਦਾਖਲਾ ਲੈਣ ਦਾ ਮੌਕਾ ਦਿੱਤਾ ਜਾਵੇਗਾ। 11 ਕਾਨੂੰਨ ਲਿਖਣ, ਬਣਾਉਣ ਅਤੇ ਲਾਗੂ ਕਰਦੇ ਸਮੇਂ ਭਾਰਤੀ ਵਿਸ਼ਵਾਸ, ਅਧਿਕਾਰਾਂ ਅਤੇ ਰੀਤੀ ਰਿਵਾਜਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। 12 ਇੰਗਲੈਂਡ ਦੀ ਮਹਾਰਾਣੀ ਨੇ 1857 ਦੀ ਘਟਨਾ ਤੇ ਅਫਸੋਸ ਜ਼ਾਹਰ ਕੀਤਾ ਅਤੇ ਉਹਨਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਆਮ ਮੁਆਫ਼ੀ ਦੇਣ ਦਾ ਐਲਾਨ ਕੀਤਾ। 1857 ਦੀ ਘਟਨਾ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਨੂੰ ਮੁਆਫ਼ੀ ਦਿੱਤੀ ਗਈ ਸੀ, ਪਰ ਅੰਗਰੇਜ਼ਾਂ ਨੂੰ ਕਤਲ ਵਾਲਿਆਂ ਨੂੰ ਇਸ ਮੁਆਫ਼ੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ। ਇਸ ਸੰਬੰਧ ਵਿੱਚ ਲਾਰਡ ਕੈਨਿੰਗ ਦੀ ਨਰਮ ਨੀਤੀ ਦਾ ਸਮਰਥਨ ਕੀਤਾ ਗਿਆ ਸੀ। ਅੰਤ ਵਿੱਚ ਮਹਾਰਾਣੀ ਵਿਕਟੋਰੀਆ ਨੇ ਐਲਾਨ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ ਭਾਰਤੀ ਉਦਯੋਗ ਦੀ ਤਰੱਕੀ ਅਤੇ ਸ਼ਾਂਤੀ ਲਈ ਕੰਮ ਕਰੇਗਾ ਅਤੇ ਪ੍ਰਸ਼ਾਸਨ ਆਮ ਭਲਾਈ ਅਤੇ ਵਿਕਾਸ ਦੀ ਨੀਤੀ ਨੂੰ ਅੱਗੇ ਵਧਾਏਗਾ। ਅਸੀਂ ਇੱਥੇ ਮਹਾਰਾਣੀ ਦੇ ਐਲਾਨਨਾਮੇ ਦੇ 13 ਨੁਕਤਿਆਂ ਦੇ ਨਿਰੀਖਣ ਨੂੰ ਸਮਾਪਤ ਕਰਦੇ ਹਾਂ। ਆਪ ਜੀ ਨੂੰ ਕਹਿਣ ਲਈ 2 ਹੋਰ ਗੱਲਾਂ ਹਨ। ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਂਬਰਸ਼ਿਪ ਪੂਰੀ ਤਰ੍ਹਾਂ ਮੁਫਤ ਹੈ, ਸਬਸਕ੍ਰਿਪਸ਼ਨ ਲਈ ਕੋਈ ਚਾਰਜ ਨਹੀਂ। ਇਹਨਾਂ 13 ਨੁਕਤਿਆਂ ਤੇ ਇਸ ਦੇ ਦੂਜੇ ਵੀਡੀਓ ਵਿੱਚ ਅੱਗੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇੱਥੇ ਦੱਸੇ ਗਏ 13 ਪੁਆਇੰਟ ਸਾਡੇ ਬਲੌਗ ਵਿੱਚ ਮਿਲ ਜਾਣਗੇ। ਇਸ ਦੇ ਲਈ ਤੁਸੀਂ ਵੇਰਵੇ ਵਿੱਚ ਬਲੌਗ ਦਾ URL ਪ੍ਰਾਪਤ ਕਰ ਸਕਦੇ ਹੋ। ਉੱਥੇ ਤੁਸੀਂ ਪੂਰੇ ਭਾਸ਼ਣ ਦੀ ਟ੍ਰਾਂਸਕ੍ਰਿਪਟ ਪ੍ਰਾਪਤ ਕਰ ਸਕਦੇ ਹੋ। ਉਮੀਦ ਹੈ ਕਿ ਤੁਸੀਂ ਵੀ ਮਹਾਰਾਣੀ ਦੇ ਐਲਾਨ ਤੇ ਚਰਚਾ ਤੇ ਸਾਡਾ ਵੀਡੀਓ ਦੇਖਣਾ ਚਾਹੋਗੇ। ਤੁਹਾਡਾ ਧੰਨਵਾਦ।